ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਦਾ, ਵੁੱਡਵਰਕਰ ਸਾਰਿਆਂ ਦੇ ਵਿੱਚ ਸਵਾਗਤ ਹੈ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਪੌੜੀ ਦੀ ਵੀਡੀਓ। ਅਤੇ ਜਿਹੜੀ ਇਹ ਪੌੜੀ ਚੜ੍ਹੀ ਆਪਣੇ HDHMR ਦੀ ਚੜ੍ਹੀ ਆ, ਅਤੇ ਕਾਫੀ ਵਧੀਆ ਰਿਜ਼ਲਟ ਇਹਦਾ, ਪੂਰੀ ਘੈਂਟ ਲੱਗਦੀ ਹੈ। ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤਕਰੀਬਨ ਇਹ 40 ਫੁੱਟ ਪੌੜੀ ਹੈ ਇਹ, ਅਤੇ ਸਾਰੀ HDHMR ਦੀ ਬਣਾਈ ਆਪਣੇ। ਤਾਂ ਮੇਨ ਪਾਵਰ ਬਣਾਇਆ ਹੈ ਆਪਣੇ 8 ਇੰਚੀ। ਅਤੇ ਇਹਦੇ ਵਿੱਚ ਆਪਣੇ ਗਰੂਫ ਮਾਰੇ ਨੇ ਤਿੰਨ ਚਾਰੇ ਸਾਈਡਾਂ 'ਤੇ, ਅਤੇ ਉੱਪਰ ਆਪਣੇ ਲਾਇਆ ਇਹ ਗੋਲਾ, ਅਤੇ ਟੋਪ 'ਤੇ ਆਪਣੇ ਲਾਏ ਨੇ ਤਿੰਨ ਪੀਸ ਕੱਟ ਕੇ ਸਟੈਪ ਬਣਾ ਕੇ। ਚੜ੍ਹਾਈ ਇਹਦੀ ਹੋਊਗੀ 2.25 ਇੰਚ, ਇਹ 4 ਸਾ। ਅਤੇ ਆਹ 3 ਇੰਚ ਦਾ ਆਪਣੇ HDHMR ਦਾ ਉਹ ਲਾਈ ਆ, 12 mm ਦੀ ਪਲਾਈ। ਇਸ ਤਰ੍ਹਾਂ ਆਪਾਂ ਨੇ ਹੇਠਾਂ ਪਾਈ ਇਹਦੇ ਲਾਈਟ, ਸਾਰੇ ਪ੍ਰੋਫਾਈਲ ਲਾਈਟ। ਅਤੇ ਬਾਕੀ ਜੋ ਡੀਕੋ ਵਗੈਰਾ ਹੋ ਗਿਆ ਅਤੇ ਹੋਰ ਵੀ ਵਧੀਆ ਲੱਗੂ ਇਹ। ਅਤੇ ਜਿੰਨਾ ਟਾਈਮ ਪੇਂਟ ਨਹੀਂ ਹੋਇਆ ਅਤੇ ਕਾਫੀ ਇਸ ਤੋਂ ਵਧੀਆ ਹੋਰ ਲੁੱਕ ਆਊਗੀ। ਜੇ ਆਪਾਂ ਇਹਦੇ ਖਰਚੇ ਦੀ ਗੱਲ ਕਰੀਏ, ਖਰਚਾ ਇਹਦੇ ਮੰਨ ਕੇ ਚਲੋ ਵਿਦ ਲੇਬਰ 40 ਕੁ ਹਜ਼ਾਰ ਰੁਪਇਆ ਆ ਗਿਆ, ਅਤੇ ਪੇਂਟ ਪਾਲਸ ਵਗੈਰਾ ਦਾ ਉਹ ਅਲੱਗ ਆ। ਅਤੇ 40 ਕੁ ਹਜ਼ਾਰ ਰੁਪਏ ਦੇ ਵਿੱਚ ਰੈਡੀ ਹੋਊਗੀ। ਅਤੇ ਕੋਈ ਲੱਕੜ ਸੁਕਾਉਣ ਦੀ ਲੋੜ ਨਹੀਂ, ਆਪਾਂ ਲਿਆ ਕੇ ਨਾਲ ਦੀ ਨਾਲ ਬਣਾ ਸਕਦੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਅਤੇ ਬਾਕੀ ਤੁਸੀਂ ਵੀ ਦੱਸੋ ਵੀ ਕਿਵੇਂ ਲੱਗੀ। ਜਿਹੜੇ ਆਪਣੇ ਆ ਪਾਏ ਨੇ ਵਿੱਚ ਇਹਦੇ ਗਰੂਫ ਕੱਢੇ ਨੇ, ਇਹ 1.5 ਇੰਚ ਬਾਈ 2 ਇੰਚ। ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ।